ਇਹ ਮੈਨੂੰ ਜਿਹੜਾ ਮਹੀਨੇ ਦਾ 50,000 ਰੁਪਏ ਦੇਣ ਦੀ ਗੱਲ ਕਰਦੇ ਸੀ, ਮੈਂ ਇਹਨਾਂ ਨੂੰ ਇੱਕ ਹੀ ਗੱਲ ਕਹਿੰਦਾ ਕਿ ਥੋੜ੍ਹੀ ਜੀ ਸ਼ਰਮ ਕਰੋ ਕਿ ਤੁਸੀਂ ਜੋ ਤੁਹਾਨੂੰ ਦਾਨ ਹੁੰਦਾ ਵਾ ਉਹ ਕਿਹੜੇ ਕੰਮ ਲਈ ਤੁਸੀਂ ਵਰਤ ਰਹੇ ਹੋ। ਫੋਟੋ ਲਾ ਦੇਣੀ ਜਾਂ ਜਿਸ ਤਰ੍ਹਾਂ ਕਾਪੀ ਕਰਕੇ ਲਗਾ ਦੇਣੀ ਕਿ ਇਹ ਬੰਦਾ ਜਿੰਦਾ ਏ, ਅਤੇ ਇਹਨੂੰ 2 ਸਾਲ ਪਹਿਲਾਂ ਆਹ ਪ੍ਰੋਬਲਮ ਸੀ ਅਤੇ ਇਹ ਬਿਮਾਰੀ ਸੀ ਅਤੇ ਹੁਣ ਇਹ ਠੀਕ ਹੋ ਗਿਆ ਏ ਖੰਬੜਾ ਚਰਚ ਜਾ ਕੇ। ਇੱਦਾਂ ਦੀਆਂ ਪਲੈਨਿੰਗਾਂ ਜਿਹੜੀਆਂ ਨੇ ਉਹ ਖੰਬੜਾ ਚਰਚ ਦੇ ਖਿਲਾਫ ਹੋ ਰਹੀਆਂ। ਵਿਸ਼ਾਲ ਰਮਦਾਸੀ ਹੈ ਚੈਨਲ 'ਤੇ ਤੁਹਾਡਾ ਸਵਾਗਤ ਕਰ ਲੈਂਦੇ ਹਾਂ ਔਰ ਨਵੀਂ ਅਪਡੇਟ ਲੈ ਕੇ ਜੋ ਕਿ ਤੁਹਾਡੇ ਨਾਲ ਹਾਜ਼ਰ ਹੋਏ ਹਾਂ। ਔਰ ਅੱਜ ਦੀ ਵੀਡੀਓ ਦੇ ਵਿੱਚ ਜੋ ਕਿ ਮੈਂ ਜੋ ਟੌਪਿਕ ਲੈ ਕੇ ਆਈ ਹਾਂ, ਤੁਸੀਂ ਥੰਬਨੇਲ ਵੀ ਦੇਖੀ ਹੋਏਗੀ ਔਰ ਸਟਾਰਟਿੰਗ 'ਤੇ ਜੋ ਵੀਡੀਓ ਦੇਖੀ ਹੋਏਗੀ, ਔਰ ਦੇਖੋ ਕਿੱਦਾਂ ਬੇਸ਼ਰਮੀ ਦੀਆਂ ਹੱਦਾਂ ਜੋ ਕਿ ਪਾਰ ਹੋ ਰਹੀਆਂ ਨੇ। ਔਰ ਤੁਸੀਂ ਦੇਖਦੇ ਹੋ ਕਿ ਲੋਕਾਂ ਦੇ ਮਨਾਂ ਦੇ ਵਿੱਚ ਜੋ ਕਿ ਅੱਜ ਪਰਮੇਸ਼ਰ ਦਾ ਖੌਫ ਜੋ ਕਿ ਬਿਲਕੁਲ ਨਹੀਂ ਹੈ, ਕਿਉਂਕਿ ਬਾਈਬਲ ਦਾ ਵਚਨ ਬਿਆਨ ਕਰਦਾ ਕਿ ਪਰਮੇਸ਼ਰ ਦੇ ਹੱਥਾਂ ਦੇ ਵਿੱਚ ਜਾਣਾ ਜੋ ਕਿ ਬਹੁਤ ਹੀ ਜ਼ਿਆਦਾ ਜੋ ਕਿ ਭਿਅੰਕਰ ਗੱਲ ਹੈ। ਔਰ ਜਿਵੇਂ ਕਿ ਤੁਸੀਂ ਬਾਈਬਲ ਦੇ ਵਿੱਚ ਯਹੂਦਾ ਇਸਕਰੋਤੀ ਦੇ ਬਾਰੇ ਪੜ੍ਹਦੇ ਹੋ, ਜਿਸਨੇ ਪ੍ਰਭੂ ਯਿਸੂ ਮਸੀਹ ਨੂੰ ਕੁਝ ਪੈਸੇ ਦੇ ਲਈ ਵੇਚਿਆ, ਕੁਝ ਸਿੱਕਿਆਂ ਦੇ ਲਈ ਉਸਨੇ ਪ੍ਰਭੂ ਯਿਸੂ ਮਸੀਹ ਨੂੰ ਜੋ ਕਿ ਲੋਕ ਵਿਰੋਧੀਆਂ ਦੇ ਹੱਥਾਂ ਦੇ ਵਿੱਚ ਦਿੱਤਾ, ਔਰ ਉਸੇ ਨੂੰ ਲੈ ਕੇ ਜੋ ਕਿ ਅੱਜ ਵੀ ਉਹੀ ਦੌੜ ਜੋ ਕਿ ਚੱਲ ਪਿਆ, ਜੋ ਕਿ ਇੱਕ ਮਨਿਸਟਰੀ ਦੂਸਰੀ ਮਨਿਸਟਰੀ ਨੂੰ ਬਦਨਾਮ ਕਰਨ ਦੇ ਲਈ, ਉਸਨੂੰ ਬਦਨਾਮੀ ਦੇ ਰਸਤੇ ਦੇ ਵਿੱਚ ਲੈਣ ਦੇ ਲਈ ਤੁਸੀਂ ਦੇਖਦੇ ਹੋ ਕਿਵੇਂ ਜ਼ਿਆਦਾ ਘਟੀਆ ਕੰਮ ਹੋ ਰਹੇ ਨੇ। ਔਰ ਆਓ ਅਸੀਂ ਅੱਜ ਦੀ ਵੀਡੀਓ ਨੂੰ ਫੁੱਲ ਸੁਣਦੇ ਹਾਂ। ਉਸ ਇਨਸਾਨ ਦੇ ਮੂੰਹ ਤੋਂ ਖੁਦ ਤੁਸੀਂ ਸਭ ਗੱਲਾਂ ਨੂੰ ਸੁਣੋ ਜਿਸ ਦੀ ਤੁਸੀਂ ਬਹੁਤ ਹੀ ਦਿਨਾਂ ਤੋਂ ਜੋ ਕਿ ਵਾਇਰਲ ਰਿਕਾਰਡਿੰਗ ਦੇਖ ਰਹੇ ਹੋ, ਜੋ ਕਿ ਰਿਕਾਰਡਿੰਗ ਦੇ ਵਿੱਚ ਤੁਸੀਂ ਗੱਲਾਂ ਸੁਣੀਆਂ, ਉਹ ਇਹ ਖੁਦ ਜੋ ਕਿ ਜਿਨ੍ਹਾਂ ਨੇ ਰਿਕਾਰਡਿੰਗ ਕੀਤੀ ਉਹ ਕੈਮਰੇ ਦੇ ਸਾਹਮਣੇ ਜੋ ਕਿ ਅੱਜ ਆ ਚੁੱਕੇ ਨੇ, ਔਰ ਉਹਨਾਂ ਨੇ ਕੈਮਰੇ ਦੇ ਸਾਹਮਣੇ ਖੁਦ ਆ ਕੇ ਸਭ ਸੱਚੀਆਂ ਗੱਲਾਂ ਜੋ ਉਹਨਾਂ ਦੇ ਨਾਲ ਹੋਈਆਂ। ਔਰ ਪਹਿਲੀ ਇਹਨਾਂ ਦੀ ਕਾਨਫਰੰਸ ਜੋ ਕਿ ਵਿਸ਼ਾਲ ਰਮਦਾਸੀਆ ਦੀ ਤਰਫ ਤੋਂ ਜੋ ਕਿ ਲਏਗੀ, ਤੁਸੀਂ ਸੁਣ ਚੁੱਕੇ ਹੋ, ਔਰ ਉਹ ਆਇਆ ਵੀਡੀਓ ਜੋ ਕਿ ਇਹਨਾਂ ਨੇ ਖੁਦ ਲਾਈਵ ਹੋ ਕੇ ਸਭ ਸਾਰਿਆਂ ਨਾਲ ਸ਼ੇਅਰ ਕੀਤੀ ਆ, ਉਸ ਨੂੰ ਦੇਖਦੇ ਹਾਂ। ਆਓ ਵੀਡੀਓ ਦੇਖਦੇ ਹਾਂ। ਸਾਰਿਆਂ ਨੂੰ ਪ੍ਰਭੂ ਯਿਸੂ ਮਸੀਹ ਸਲਾਮ। ਬੇਨਤੀ ਹੈ ਕਿ ਇਸ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਸੁਣਨਾ ਅਤੇ ਵਿਚਾਰ ਕਰਨਾ ਕਿ ਮਸੀਹਤ ਨੂੰ ਬਦਨਾਮ ਕਰਨ ਵਾਸਤੇ ਸਾਡੇ ਕੁਛ ਆਪਣੇ ਹੀ ਲੋਕ ਕਿੱਦਾਂ ਦੇ ਜਾਲ ਜਿਹੜੇ ਆ ਉਹ ਵਿਛਾ ਰਹੇ ਨੇ ਬਦਨਾਮ ਕਰਨ ਵਾਸਤੇ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਕਦੀ ਵੀ ਅੱਜ ਤੱਕ ਪਾਸਟਰ ਨਰੂਲਾ ਜੀ ਦੇ ਚਰਚ ਨਹੀਂ ਗਿਆ। ਚਲੋ ਚਰਚ ਤਾਂ ਇੱਕ ਖੁਦਾ ਦਾ ਘਰ ਆ, ਪਰ ਮੈਂ ਕਦੀ ਵੀ ਉਹਨਾਂ ਦੇ ਨਾਂ ਕਿਸੇ ਜੋ ਲੋਕਲ ਚਰਚ ਉਹਨਾਂ ਨੇ ਖੋਲ੍ਹਿਆ ਨਾ ਕਦੀ ਉੱਥੇ ਗਿਆ ਅਤੇ ਨਾ ਕਦੀ ਮੈਂ ਖੰਬੜੀ ਚਰਚ ਹੀ ਗਿਆ। ਪਰ ਇੱਕ ਬੜਾ ਹੈਰਾਨੀਜਨਕ ਜੋ ਮੇਰੇ ਨਾਲ ਇੱਕ ਕੰਮ ਹੋਇਆ ਉਹ ਮੈਂ ਤੁਹਾਨੂੰ ਦੱਸਦਾ। ਪਾਸਟਰ ਨਰੂਲਾ ਜੀ ਨੇ ਮੇਰਾ ਜ਼ਿਕਰ ਵੀ ਕੀਤਾ ਕੱਲ੍ਹ ਦੇ ਲਾਈਵ ਦੇ ਵਿੱਚ, ਪਰ ਅੱਜ ਮੈਂ ਤੁਹਾਨੂੰ ਉਹ ਇਸ ਵੀਡੀਓ ਦੇ ਮਾਧਿਅਮ ਦੇ ਰਾਹੀਂ ਪੂਰੀ ਕਲੀਅਰ ਗੱਲ ਦੱਸਦਾ ਕਿ ਮੇਰੇ ਨਾਲ ਹੋਇਆ ਕੀ। ਅੱਜ ਤੋਂ ਕੁਛ ਦਿਨ ਪਹਿਲਾਂ ਕੁਛ ਲੋਕ ਮੇਰੇ ਕੋਲ ਆਏ, ਜਿਹੜੇ ਕੁਛ ਲੋਕ ਜਾਣ ਪਛਾਣਦੇ ਸੀ ਅਤੇ ਕੁਛ ਲੋਕ ਜਾਣ ਪਛਾਣਦੇ ਨਹੀਂ ਸੀ। ਉਹਨਾਂ ਦਾ ਮੈਂ ਨਾਮ ਇਸ ਕਰਕੇ ਨਹੀਂ ਲੈ ਰਿਹਾ ਕਿਉਂਕਿ ਹਾਲੇ ਅਸੀਂ ਕਰਨਾ ਸੀ ਜੋ ਵੀ ਪਰੂਫ ਇਕੱਠੇ ਕਰਨੇ ਸੀ, ਪਰ ਪ੍ਰੋਫਿਟ ਜੀ ਨੇ ਕੱਲ੍ਹ ਦੀ ਲਾਈਵ ਦੇ ਵਿੱਚ ਜਿਹੜਾ ਬੋਲ ਦਿੱਤਾ ਅਤੇ ਉਹਨਾਂ ਨੂੰ ਪਤਾ ਲੱਗ ਗਿਆ ਉਹ ਨਹੀਂ, ਉਹ ਗਾੜੀ ਸਾਡੇ ਨਾਲ ਗੱਲਬਾਤ ਜਿਹੜੀ ਉਹ ਨਹੀਂ ਕਰਨਗੇ। ਉਹਨਾਂ ਨੇ ਕਰਨਾ ਕੀ ਸੀ, ਉਹਨਾਂ ਨੇ ਮੈਨੂੰ ਚੁਣਿਆ ਗੁਰਦਾਸਪੁਰ ਦੇ ਵਿੱਚੋਂ ਵੀ ਤੁਸੀਂ ਜਿਹੜੇ ਬੰਦੇ 4 ਸਾਲ 2 ਸਾਲ ਪਹਿਲਾਂ ਜਿਨ੍ਹਾਂ ਦੀ ਡੈਥ ਹੋ ਚੁੱਕੀ ਆ ਉਹਨਾਂ ਦੇ ਘਰਾਂ 'ਚ ਜਾਣਾ, ਇਨਕੁਆਇਰੀ ਕਰਨੀ ਆ ਵੀ ਉਹਨਾਂ ਦੀ ਡੈਥ ਜਿਹੜੀ ਉਹ ਕਿੱਦਾਂ ਹੋਈ ਆ। ਜ਼ਿਆਦਾਤਰ ਉਹ ਬੰਦੇ ਹੋਣ ਪਠਾਨਕੋਟ ਸਾਈਡ ਦੇ ਜਾਂ ਮਕੇਰੀਆਂ ਸਾਈਡ ਦੇ ਜਾਂ ਥੋੜ੍ਹੇ ਗੁਰਦਾਸਪੁਰ ਤੋਂ ਹਟਵੇ ਹੋਣ ਜਾਂ ਕੁਛ ਲੋਕਲ ਵੀ ਹੋਣ ਪਿੰਡਾਂ ਦੇ, ਅਤੇ ਉਹਨਾਂ ਦੀਆਂ ਮੈਡੀਕਲ ਰਿਪੋਰਟਾਂ ਲੈਣੀਆਂ ਘਰੋਂ ਕਿਸੇ ਵੀ ਤਰੀਕੇ ਦੇ ਨਾਲ, ਉਹਨਾਂ ਦੀਆਂ ਮੈਡੀਕਲ ਰਿਪੋਰਟਾਂ ਲੈ ਕੇ ਤੋ ਉਹਨਾਂ ਦੇ ਜਿਹੜੇ ਆਧਾਰ ਕਾਰਡ ਸੀ, ਧਿਆਨ ਨਾਲ ਸੁਣਨਾ, ਆਧਾਰ ਕਾਰਡ ਦੇ ਉੱਪਰ ਫੋਟੋ ਜਿਹੜੀ ਆ ਉਹ ਚੇਂਜ ਕਰਨੀ, ਚੇਂਜ ਕਰਾ ਕੇ ਉੱਪਰ ਹੋਰ ਕੋਈ ਫੋਟੋ ਲਾ ਦੇਣੀ ਜਾਂ ਜਿਸ ਤਰ੍ਹਾਂ ਕਾਪੀ ਕਰਕੇ ਲਗਾ ਦੇਣੀ ਕਿ ਇਹ ਬੰਦਾ ਜਿੰਦਾ ਏ, ਅਤੇ ਇਹਨੂੰ 2 ਸਾਲ ਪਹਿਲਾਂ ਆਹ ਪ੍ਰੋਬਲਮ ਸੀ ਅਤੇ ਇਹ ਬਿਮਾਰੀ ਸੀ ਅਤੇ ਹੁਣ ਇਹ ਠੀਕ ਹੋ ਗਿਆ ਏ ਖੰਬੜਾ ਚਰਚ ਜਾ ਕੇ। ਇੱਦਾਂ ਦੀਆਂ ਪਲੈਨਿੰਗਾਂ ਜਿਹੜੀਆਂ ਨੇ ਉਹ ਖੰਬੜਾ ਚਰਚ ਦੇ ਖਿਲਾਫ ਹੋ ਰਹੀਆਂ ਸੀ। ਤੋ ਮੈਂ ਤੁਹਾਨੂੰ ਕਲੀਅਰ ਦੱਸਾਂ ਕਿ ਉਸ ਤੋਂ ਬਾਅਦ ਉਹਨਾਂ ਬੰਦਿਆਂ ਨੂੰ ਪ੍ਰੈਸ ਕਾਨਫਰੰਸ ਵਿੱਚ ਬੋਲਣਾ ਸੀ ਅਤੇ ਇਹ ਸਾਬਤ ਕਰਨਾ ਸੀ ਕਿ ਖੰਬੜਾ ਚਰਚ ਜਿਹੜਾ ਹੈ ਉਹ ਝੂਠੀਆਂ ਗਵਾਹੀਆਂ ਦਿੰਦਾ ਹੈ। ਮੈਂ ਕਿਸੇ ਦੇ ਮੈਂ ਇਹ ਨਾ ਸੋਚਿਓ ਕਿ ਮੈਂ ਉਸ ਚਰਚ ਦਾ ਸਪੋਰਟਰ ਹਾਂ, ਮੈਂ ਕਦੀ ਉਸ ਚਰਚ ਦੇ ਵਿੱਚ ਨਹੀਂ ਗਿਆ। ਮੈਂ ਹਮੇਸ਼ਾ ਹੀ ਵਿਰੋਧ ਕੀਤਾ ਹੈ, ਉਹ ਪਖੰਡਵਾਦ ਕਿਤੇ ਵੀ ਹੋਵੇ ਪਖੰਡਵਾਦ ਦਾ ਮੈਂ ਵਿਰੋਧ ਕੀਤਾ ਹੈ। ਉਸ ਮੀਟਿੰਗ ਤੋਂ ਬਾਅਦ ਉਹਨਾਂ ਮੈਨੂੰ ਥੋੜ੍ਹੇ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਕਿ ਲਓ ਤੁਸੀਂ ਕੰਮ ਸ਼ੁਰੂ ਕਰੋ। ਮੈਂ ਕਿਹਾ ਨਹੀਂ ਨਹੀਂ ਕੋਈ ਗੱਲ ਨਹੀਂ, ਜਦੋਂ ਤੁਹਾਡਾ ਕੰਮ ਹੋ ਜਾਏਗਾ ਅਸੀਂ ਦੇ ਦਾਂਗੇ। ਟਾਲਣਾ ਸੀ ਪਰ ਮੈਨੂੰ ਉਸ ਵਕਤ ਤੋਂ ਸਿਸਟਮ ਠੀਕ ਨਹੀਂ ਲੱਗਾ, ਇਹ ਚੀਜ਼ ਸਹੀ ਨਹੀਂ ਆ ਯਾਰ, ਤੁਸੀਂ ਜੇ ਤੁਸੀਂ ਪ੍ਰਭੂ ਦਾ ਕੰਮ ਕਰ ਰਹੇ ਹੋ, ਜੇ ਕਿਸੇ ਨੂੰ ਤੁਸੀਂ ਸੁੱਟਣਾ ਚਾਹੋ
साजिश करके सुटना चो मेरे ख्याल से ये वाला पाप कोई नहीं है ना। तो उस तो बाद मैं घर आया, घर रोटी पानी खा के सौ गया। मैनू यकीन मनो मैनू दो रात दो दे करीब एक सपना आया कि जिस तरह मैं एक नदी च खड़ा वा तो उत्थे वो नदी च पानी है तो मैनू कोई व्यक्ति आ वह मैं कह रहा कि यह $10,000 है तो ये तुसी रख लो ये तुहाडा है तो तुसी साडा काम करते देना ही है उस इदा दे उन्होंने मैनू लफ्ज के सपने च। तो जो मैं पैसे उन्हों को फड़े सपने च पैसे फड़ दे जो जो पानी सी जिदे मैं खड़ा सी वो सारा एक अग दे विच अग दे रूप दे विच बदल गया। वो पानी इदा हो गया कि जिस तरह एक लावा होंदा ना संघनी अग होगी। तो हुण सियाल दे दिन आ रात काफ़ी रात सी तो मैं जो उठा तो मैनू पसीना आ गया मैनू जलन महसूस होई कि जिस तरह मैनू वाकई में अग दे विचों निकल के आया वा। मैं रात उठ के प्रेयर की थी, मैं मैनू समझ आ गया मैं क्या खुदा बाप तेरा धन्यवाद जेकर मैं वो पैसे फड़ लेंदा तो मैं पक्का ही नरकां दा जिहड़ा भागी होना सी। हुण मेरे दिमाग च यह गल आ रही सी कि मेरा तो पास्टर नरूला मिनिस्ट्री नाल कोई कॉन्टैक्ट नहीं आ, मैं तो उत्थे जांदा नहीं आ। तो मेरा एक भरा सी एक मट्टू भरा सी, मेरा नाम सनी मसीह मट्टू आ, उहदा नाम दीपक लोपे वाला मट्टू आ। तो मैं उन्हां नाल कॉन्टैक्ट करन दी कोशिश की, उन्हां दे नाल ये गल शेयर की कि इदां इदां करके ये चीज़ हो रही है, इस चीज़ तो थोड़ा तुसीं अलर्ट होवो, प्रभु दे नाम दी जिहड़ी आ बदनामी होएगी। तो उन्होंने जो मैं सारी गलबात पूछी तो उन्होंने मैं सारी गलबात जी दसी, वह गल सेम उन्होंने प्रोफिट जी को दस दी, कुछ गल् उन्होंने दस दी, कुछ मेरे को रिकॉर्डिंग सी उन्हें वट्सअप से मैं फोन किया, दूसरे दिन मैं वट्सअप तो भी रिकॉर्डिंग जी उन्हों की कर ली। पर एक खास मैसेज मैं देना चाहना कि यार जे तुसी उन्होंने उन्होंने मुकाबला करना चाहते हो तो तुम भी प्रचार करो है ना, तुसी भी प्रभु के नाम च वधो, होर वधो, वह भी वधन दिया तुसी भी होर वधो। तुसी मैनू लालच दे रहे हो कि तुहानू एक्टरां नाल मिला देंगे है ना, तुहानू बंबे लै जाएंगे। यार जे साडा एक्टर ते आ साडा प्रभु यीशु मसीह, साडा बंबे आ साडा चर्च जिथे असी जाने आ, इह किन्नी किन्ना माड़ा मैसेज जाना सी जे बाई चांस वह मेरे कोलों नहीं कराउणगे किसी होर कोलों फेक इदां करा लैणगे तो मसीहत वास्ते कि माड़ा मैसेज जाना सी। पर जो मैं सही लगा जो मैं वधिया लगा वह मैं कर दिता। कुछ लोग शायद मैं कहन कि इन्हू किसी ने प्लैन किया खड़िया किया, मैं कभी मेरी फेसबुक आईडी खोल के वेख लो, मैं कभी किसी पास्टर की सिफत तक नहीं की, कभी पखंडवाद का विरोध किया, जो सही काम करते हैं उन्होंने वास्ते सही आ, सिर्फ मैं पखंडवाद का ही विरोध करता हाँ। उन्होंने मैं चुनिया भी इस करके कि शायद कि हरे ये मिनिस्ट्रियां का विरोधी आ, मैं तुहानू दसदा मैं किसी मिनिस्ट्री का विरोधी नहीं हाँ, वो प्रभु का काम कर रहे हैं, मैं पखंडवाद का विरोधी हाँ। जिथे कित चर्च के नाँ पर राजनीति होएगी उत्थे असी कलम ना लिखांगे, वो डट के लिखांगे। पर जे तुसी कहो कि असी तुहाडे इस गुनाह दे हिस्सा बनीए, तुसी सानू कह रहे हो कि 50,000 रुपया महीना दे देंगे तुहानू, तुसी साडे नाल आओ है ना, ये चीज़ इदां ये मैनू जिहड़ा महीने का 50,000 रुपया देने की गल करते, मैं इन्हां नू एक ही गल कहना कि थोड़ी जी शर्म करो कि तुसी जो तुहानू दान हुंदा वा वो किहड़े काम लई तुसी वरत रहे हो, तुसी लोकां नू रिश्वत देने लई वरत रहे हो, थोड़ा बहुता रब तो डरो। किसी नू सुट्टण वास्ते तुसी किदां दे शतरंज जिहड़े रच रहे हो, एक गल नू ना याद रखियो, मैं बहुता ज्ञानी तो नहीं, बहुता बाइबल पढ़ने वाला तो नहीं, जिन्हां ने प्रभु यीशु मसीह नू मारिया कुट्टिया सलीब ते उत्ते टंगिया, प्रभु यीशु मसीह ने आख्या सी कि हे खुदा इन्हां नू माफ़ कर, ये नहीं जानते की कर रहे ने। जहूदा पत्रस मुकर गया कि मैं नहीं जानता यीशु मसीह नू, उन्हूं फिर भी माफ़ी मिल गई, पर जहूदा इस्करियोती नू माफ़ी नहीं मिली क्योंकि उन्हें प्रभु दे नाम नू प्रभु नू वेचिया पैसों दे नाल। तुसी अज उही शैतान दी विचारधारा दे नाल सानू खरीद रहे हो कि तुसी मसीहत दी जिहड़ी आ बदनामी करो, चर्च दी बदनामी करो, थोड़ी बहुती शर्म करो, ये चीज़ां ठीक नहीं हैगियां। असीं तुहानू समझाउंदे चंगे नहीं लगते क्योंकि तुसी एक खुदा दे बंदे हो, खुदा दे लोक हो, अपने आप नू सैलीब्रिटी दसदे हो, पर थोड़ी बहुती शर्म करो।